ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਦੇ ਸੰਬੰਧ ਵਿੱਚ ਭਾਈ ਰਣਧੀਰ ਸਿੰਘ ਨਗਰ ਅਤੇ ਇਸ ਦੇ ਨਾਲ ਲੱਗਦੀਆਂ ਕਲੋਨੀਆਂ ਅਤੇ ਪਿੰਡਾਂ ਦੀਆਂ ਸਿੰਘ ਸਭਾਵਾਂ ਅਤੇ ਜਥੇਬੰਦੀਆਂ ਦੀ ਸਾਂਝੀ ਇਕੱਤਰਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਲਾਕ ਈ ਭਾਈ ਰਣਧੀਰ ਸਿੰਘ ਨਗਰ ਵਿਖੇ ਹੋਈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਸੰਬੰਧਿਤ ਸੈਮੀਨਾਰਾਂ ਦੀ ਆਰੰਭਤਾ 21 ਅਪ੍ਰੈਲ 2019 ਤੋਂ ਕੀਤੀ ਜਾਵੇਗੀ ਅਤੇ ਆਗਮਨ ਪੁਰਬ ਤੇ ਸਰਬ ਸਾਂਝਾ ਨਗਰ ਕੀਰਤਨ ਵੀ ਕਰਵਾਇਆ ਜਾਵੇਗਾ। ਰਜਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਸਿੰਘ ਸਭਾ ਈ ਬਲੋਕ ਭਾਈ ਰਣਧੀਰ ਸਿੰਘ ਨਗਰ, ਅੱਜ ਦੀ ਆਪਾਂ ਮੀਟਿੰਗ ਸੱਦੀ ਹੈ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਵਿਚਾਰ ਗੋਸ਼ਟੀ। ਜਿੰਨੀਆਂ ਵੀ ਸਭਾਵਾਂ ਨੇ ਭਾਈ ਰਣਧੀਰ ਸਿੰਘ ਨਗਰ ਦੀਆਂ 10 ਦੇ ਕਰੀਬ ਕਰੀਬ, ਉਹ ਸਾਰਿਆਂ ਨੇ ਆਪਾਂ ਰਲ ਮਿਲ ਕੇ ਜੋ ਆਗਮਨ ਦਿਵਸ ਆ ਰਿਹਾ ਉਹਨੂੰ ਆਪਾਂ ਸਾਰੇ ਸ਼ਰਧਾ ਪੂਰਵਕ ਅਜੇ ਸੱਚੇ ਗੁਰਸਿੱਖ ਵੰਗਾ ਉਹਨੂੰ ਆਪਾਂ ਕਰੀ ਮਨਾਈਏ, ਜਿਹਦੇ 'ਚ ਸਾਰੇ ਹੀ ਸਭਾਵਾਂ ਨੇ ਆਪਣਾ ਯੋਗਦਾਨ ਦੇ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾਵਾਂ ਦੀ ਅੱਜ ਇਹ ਵਿਸ਼ੇਸ਼ ਮੀਟਿੰਗ ਭਾਈ ਰਣਧੀਰ ਸਿੰਘ ਨਗਰ ਤੋਂ ਲੈ ਕੇ ਅਮਨ ਪਾਰਕ, ਰਾਜਗੁਰੂ ਨਗਰ ਤੱਕ ਜਿਹੜੇ ਵੀ 10 ਤੋਂ 12 ਸਿੰਘ ਸਭਾਵਾਂ ਅਤੇ ਗੁਰਦੁਆਰਾ ਸਾਹਿਬਾਨ ਦੀ ਇਹ ਕਮੇਟੀ ਬਣੀ ਹੈ, ਜਿਨ੍ਹਾਂ ਨੇ ਇਹ ਵਿਚਾਰ ਕੀਤਾ ਹੈ ਕਲਯੁੱਗ ਨੂੰ ਤਾਰਨ ਲਈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਹੋਇਆ, ਉਹਨਾਂ ਦੀ ਜ਼ਿੰਦਗੀ ਦੀ ਜੋ ਫਿਲੋਸਫੀ ਹੈ, ਜਿੱਥੇ ਅਸੀਂ ਮਹਾਨ ਕੀਰਤਨ ਦਰਬਾਰ ਕਰਾਉਣੇ ਹੈ, ਜਿੱਥੇ ਨਗਰ ਕੀਰਤਨ ਕੱਢਣਾ ਹੈ, ਨਾਲ ਦੇ ਨਾਲ ਉਹ ਜੋ ਫਿਲੋਸਫੀ ਪਹੁੰਚਾਈ ਜਾਏ ਔਰ ਇਹ ਕਿਸ ਤਰਫ ਸਾਨੂੰ ਲੈ ਕੇ ਜਾ ਸਕਦੀ ਹੈ ਤਾਂ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਸਕੇ ਔਰ ਸਰਬੱਤ ਦੇ ਭਲੇ ਦੀ ਜੋ ਗੱਲ ਹੈ ਉਹਨੂੰ ਅਸੀਂ ਬਹੁਤ ਚੰਗੀ ਤਰੀਕੇ ਨਾਲ ਲੋਕਾਂ ਦੇ ਵਿੱਚ ਲੈ ਕੇ ਜਾ ਸਕਦੇ ਹਾਂ। 550ਵਾਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ ਮਨਾਇਆ, ਹਰ ਤਰੀਕੇ ਨਾਲ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਵੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਆਗਮਨ ਗੁਰਪੁਰਬ ਜੋ ਆ ਰਿਹਾ ਹੈ, ਉਸ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਪਦੇਸ਼ ਸੀ ਘਰ ਘਰ ਪਹੁੰਚਾਉਣ ਵਾਸਤੇ ਭਾਈ ਰਣਧੀਰ ਨਗਰ ਦੇ ਸਮੂਹ ਇਲਾਕਾ ਦੇ ਨੇੜੇ ਤੇੜੇ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਰ ਰਲ ਮਿਲ ਕੇ ਉੱਦਮ ਅਤੇ ਉਪਰਾਲਾ ਕਰ ਰਹੇ ਹਨ। ਦਾਸ ਪਿੰਡ ਸਨੇਹ ਤੋਂ ਹੈੱਡ ਗ੍ਰੰਥੀ ਗੁਰਦੁਆਰਾ ਰਘੂ ਮਸੂਰਪਤੀ ਪਿੰਡ ਸਨੇਹ ਤੋਂ ਧਰਮ ਪ੍ਰਚਾਰ ਐਜੂਕੇਸ਼ਨ ਟਰੱਸਟ ਦਾ ਚੇਅਰਮੈਨ ਹੋਣ ਦੇ ਨਾਤੇ ਇੱਥੇ ਸਮਾਗਮ 'ਚ ਅੱਜ ਪ੍ਰਬੰਧਕ ਕਮੇਟੀਆਂ ਦੇ ਨਾਲ ਸਹਿਯੋਗ ਦੇ ਵਿੱਚ ਇੱਥੇ ਸ਼ਾਮਿਲ ਹੋਇਆ। ਅਸੀਂ ਆਸ ਕਰਦੇ ਹਾਂ ਕਿ ਜਿਹੜੇ ਪ੍ਰਬੰਧਕ ਕਮੇਟੀਆਂ ਰਲ ਮਿਲ ਕੇ ਜੋ ਉਪਰਾਲਾ ਕਰ ਰਹੀਆਂ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੀਤ ਸਿੰਘ ਬੇਲੀ, ਯੂਥ ਵਿੰਗ ਪ੍ਰਧਾਨ, ਈ ਬਲੋਕ BRS ਨਗਰ। ਅੱਜ ਦੀ ਸਾਡਾ ਵਿਸ਼ੇਸ਼ ਇਹ ਮੀਟਿੰਗ ਇਹ ਹੋਈ ਹੈ ਕਿ 550 ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਜਿੰਨੇ ਵੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀਆਂ ਹੈਗੀਆਂ ਰਣਧੀਰ ਸਿੰਘ ਨਗਰ ਦੀਆਂ, ਭਾਵੇਂ ਉਹ ਸਨੇਤ ਦੀ ਹੋਵੇ, ਭਾਵੇਂ ਰਾਜਗੁਰੂ ਨਗਰ ਹੋਵੇ, ਭਾਵੇਂ ਇੱਧਰ ਦਾ ਜਿੰਨਾ ਵੀ ਇਲਾਕਾ ਹੋਵੇ ਲੱਗਦਾ BRS ਨਗਰ ਨੂੰ, ਸਾਰੇ ਰਲ ਮਿਲ ਕੇ ਨਗਰ ਕੀਰਤਨ ਕੱਢਣ ਦੀ ਸੋਚ ਰਹੇ ਨੇ। ਸਾਡਾ ਮੇਨ ਮੋਟਿਵ ਇਹ ਹੈਗਾ ਕਿ ਵੀ ਅਸੀਂ ਯੂਥ ਵਿੰਗ ਨੂੰ ਵੱਧ ਤੋਂ ਵੱਧ ਜੋੜੀਏ, ਜਿਹੜਾ ਕਿ ਨਸ਼ੇ ਦੇ ਖਿਲਾਫ਼ ਚੱਲ ਰਿਹਾ ਹੈ। ਲੋਕ ਯੂਥ ਵਿੰਗ ਜਿਹੜੀ ਹੈ ਸਿੱਖ ਸਮਾਜ ਤੋਂ ਦੂਰ ਹੋਈ ਜਾ ਰਹੀ ਹੈ ਔਰ ਨਸ਼ਿਆਂ ਵਾਲੇ ਪਾਸੇ ਲੱਗ ਰਹੀ ਹੈ। ਸਾਡਾ ਮੋਟਿਵ ਇਹ ਹੈਗਾ ਕਿ ਵੀ ਅਸੀਂ ਜਿਹੜਾ ਹੈ ਵੀ ਮੁੰਡੇ ਜਿਹੜੇ ਕਿ ਅੰਮ੍ਰਿਤਧਾਰੀ ਹੋਣ, ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਕੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਆਈਏ। ਜਿਹੜੇ ਕਿ ਖੰਡਿਤ ਨੇ
ਵੀ ਜਿਹੜਾ ਦਾੜੀ ਕੇਸਾਂ ਦੀ ਬੇਅਦਬੀ ਕਰਦੇ ਨੇ ਔਰ ਨਸ਼ਾ ਕਰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜੋੜਨ ਦੀ ਕੋਸ਼ਿਸ਼ ਕਰੀਏ ਆਪਣੇ ਗੁਰਦੁਆਰਾ ਸਾਹਿਬ ਦੇ ਨਾਲ। ਅਤੇ ਇਹੀ ਸਾਡਾ ਮੇਨ ਵਿਸ਼ੇ ਸੀਗਾ ਅੱਜ ਦੀ ਮੀਟਿੰਗ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਧਾਰਨ ਗੁਰੂ ਨਾਨਕ ਆਇਆ, ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲੋਕ ਭਾਈ ਰਣਧੀਰ ਸਿੰਘ ਨਗਰ ਵਿਖੇ ਅੱਜ ਵਿਸ਼ੇਸ਼ ਇਕੱਤਰਤਾ। ਭਾਈ ਰਣਧੀਰ ਸਿੰਘ ਨਗਰ ਅਤੇ ਉਸ ਤੋਂ ਅੱਗੇ ਰਾਜਗੁਰੂ ਨਗਰ, ਅਵਤਾਰ ਨਗਰ ਔਰ ਸਾਰੇ ਏਰੀਆ ਜਿੱਥੇ ਕਵਰ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ, ਸਾਰੇ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ, ਪ੍ਰਧਾਨ ਸਾਹਿਬ ਪਹੁੰਚੇ ਨੇ। ਸਾਰਾ ਇੱਕ ਮਕਸਦ ਇਹ ਲੈ ਕੇ ਚੱਲ ਰਹੇ ਹਾਂ ਕਿ ਜਿੱਥੇ ਅਸੀਂ 550 ਸਾਲਾਂ ਨੂੰ ਸਮਰਪਿਤ ਹੋ ਕੇ ਕੀਰਤਨ ਦਰਬਾਰ ਅਤੇ ਨਾਲ ਦੇ ਨਾਲ ਨਗਰ ਕੀਰਤਨ ਕੱਢਣੇ ਹਾਂ, ਗੁਰੂ ਜੀ ਦੀ ਇਸ ਲੋਕਾਈ ਨੂੰ ਜੋ ਸੰਦੇਸ਼ ਹੈ ਉਹ ਸੰਗਤ ਤੱਕ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਇਸ ਸਮੇਂ ਦੀ ਲੋੜ ਹੈ। ਦੁਨੀਆ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅਸੀਂ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਦੁਨੀਆ ਤੱਕ ਲੈ ਜਾ ਸਕਾਂਗੇ। ਇਸੇ ਉਮੀਦ ਨਾਲ ਗੁਰਦੁਆਰਾ ਸਿੰਘ ਸਭਾਵਾਂ ਨੇ ਬੈਠ ਕੇ ਇਹ ਮੰਥਨ ਕੀਤਾ ਕਿ ਸੈਮੀਨਾਰ ਕਰਾਈਏ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਉੱਤੇ, ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉੱਤੇ, ਉਹਨਾਂ ਦੀ ਉਦਾਸੀਆਂ ਦੇ ਉੱਤੇ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੱਚਾਈ ਦਾ, ਸੱਚਿਆਰ ਦਾ ਜੋ ਰਸਤਾ ਸਾਨੂੰ ਦੱਸਿਆ ਹੈ ਉਹਦੇ ਉੱਤੇ ਚੱਲ ਕੇ ਆਪਣਾ ਜੀਵਨ, ਸਮਾਜ ਦਾ ਔਰ ਵਿਸ਼ਵ ਵਿਆਪੀ ਸੋਚ ਨੂੰ ਇੱਕ ਕੇਂਦਰਿਤ ਸਥਾਨ 'ਤੇ ਲਿਆ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤਾ ਹੇਠ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰ ਸਕੀਏ ਔਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਜੋ ਸਾਡਾ ਇਹ ਸ਼ਰਧਾ ਹੋਏਗੀ, ਇਸ ਤੋਂ ਉੱਚੀ ਸ਼ਰਧਾ ਕੋਈ ਨਹੀਂ ਹੋ ਸਕਦੀ ਕਿ ਉਹਨਾਂ ਦੇ ਦੱਸੇ ਰਾਹ 'ਤੇ ਅਸੀਂ ਤੁਰ ਕੇ ਆਪਣਾ ਜੀਵਨ ਸ਼ੈਲੀ ਬਦਲ ਸਕੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।